ਉਧਰ ਕੁੰਗਰਾਲੀ ਬਾਇਓਗੈਸ ਪਲਾਂਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੀ ਐਮ ਮਾਨ ਨੇ ਮਾਮਲੇ ਦੇ ਵਿੱਚ ਦਖਲ ਦਿੱਤਾ ਹੈ। ਸੀ ਐਮ ਮਾਨ ਨੇ ਕੁੰਗਰਾਲੀ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਪਿੰਡ ਵਾਸੀਆਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ। ਦਰਅਸਲ ਕੁੰਗਰਾਲੀ ਬਾਇਓਗੈਸ ਪਲਾਂਟ ਨੂੰ ਲੈ ਕੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਸੀ। ਕਈ ਪਿੰਡਾਂ ਦੇ ਲੋਕ ਵਿਰੋਧ ਕਰ ਰਹੇ ਸੀ ਤੇ ਹੁਣ ਸੀ ਐਮ ਮਾਨ ਦੇ ਵੱਲੋਂ ਇਸ ਦੇ ਵਿੱਚ ਇੰਟਰਵਿਊ ਕੀਤਾ ਗਿਆ ਹੈ ਤੇ ਉਹਨਾਂ ਨੇ ਕੁੰਗਰਾਲੀ ਵਾਸੀਆਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਤਾਂ ਦਖਲ ਦਿੱਤਾ ਗਿਆ ਸੀ ਐਮ ਮਾਨ ਨੂੰ ਖੁਦ। ਦਰਅਸਲ ਕੁੰਗਰਾਲੀ ਬਾਇਓਗੈਸ ਪਲਾਂਟ ਹੈ ਜਿਸ ਦਾ ਰੇੜਕਾ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ। ਕਈ ਥਾਵਾਂ ਤੇ ਅਜਿਹੇ ਬਾਇਓਗੈਸ ਪਲਾਂਟ ਲੱਗ ਰਹੇ ਨੇ ਜਿਸ ਨਾਲ ਲੋਕ ਜਿਹੜੇ ਨੇ ਉਹ ਆਹਤ ਨੇ, ਪਰੇਸ਼ਾਨ ਨੇ। ਇਸੇ ਮਾਮਲੇ ਨੂੰ ਲੈ ਕੇ ਕਾਫੀ ਦਿਨਾਂ ਤੋਂ ਪ੍ਰੋਟੈਸਟ ਵੀ ਚੱਲ ਰਿਹਾ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਸੀ ਐਮ ਮਾਨ ਨੇ ਆਪ ਦਖਲ ਦਿੱਤਾ ਤੇ ਉਹਨਾਂ ਨੇ ਕੁੰਗਰਾਲੀ ਵਾਸੀਆਂ ਦੇ ਨਾਲ ਗੱਲਬਾਤ ਵੀ ਕੀਤੀ ਹੈ। ਫੋਨ ਤੇ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪਲਾਂਟ ਦੇ ਪੂਰੀ ਤਰ੍ਹਾਂ ਪ੍ਰਦੂਸ਼ਣ ਫ੍ਰੀ ਹੋਣ ਦਾ ਭਰੋਸਾ ਦਿੱਤਾ ਹੈ ਕਿ ਕੋਈ ਵੀ ਨੁਕਸਾਨ ਨਹੀਂ ਹੋਏਗਾ ਆਲੇ ਦੁਆਲੇ ਨੂੰ, ਕਿਉਂਕਿ ਬਹੁਤ ਸਾਰੇ ਲੋਕ ਇਹ ਚਿੰਤਾ ਪ੍ਰਗਟ ਕਰ ਰਹੇ ਸਨ ਕਿ ਇਸ ਦੇ ਨਾਲ ਪ੍ਰਦੂਸ਼ਣ ਹੋਏਗਾ, ਇਸ ਦੇ ਨਾਲ ਮੱਖੀਆਂ ਮੱਛਰ ਫੈਲੇਗਾ, ਇਸ ਦੇ ਨਾਲ ਆਲੇ ਦੁਆਲੇ ਦਾ ਨੁਕਸਾਨ ਹੋਏਗਾ। ਪਰ ਹੁਣ ਸੀ ਐਮ ਮਾਨ ਨੇ ਭਰੋਸਾ ਦਿੱਤਾ ਹੈ ਕਿ ਪਲਾਂਟ ਪੂਰੀ ਤਰ੍ਹਾਂ ਪ੍ਰਦੂਸ਼ਣ ਫ੍ਰੀ ਹੋਏਗਾ ਅਤੇ ਜੇ ਨਿਯਮਾਂ ਦੀ ਅਣਦੇਖੀ ਹੋਈ ਤਾਂ ਕਾਰਵਾਈ ਵੀ ਹੋਵੇਗੀ ਕਿਸੇ ਪਲਾਂਟ ਦੇ ਵਿੱਚ। ਤਾਂ ਸੀ ਐਮ ਮਾਨ ਦੇ ਵੱਲੋਂ ਕੁੰਗਰਾਲੀ ਵਾਸੀਆਂ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਹੈ। ਇਸੇ ਖਬਰ 'ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਪੰਕਜ ਕੀ ਫੋਨ ਲਾਈਨ 'ਤੇ ਮੌਜੂਦ ਨੇ। ਪੰਕਜ, ਕੀ ਅਪਡੇਟ, ਕਿਉਂਕਿ ਕਾਫੀ ਸਮੇਂ ਤੋਂ ਕੁੰਗਰਾਲੀ ਵਾਸੀ ਇਸ ਬਾਇਓਗੈਸ ਪਲਾਂਟ ਦਾ ਵਿਰੋਧ ਕਰ ਰਹੇ ਸੀ। ਦੇਖੋ, ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵੀ ਕੁੰਗਰਾਲੀ ਬਾਇਓਗੈਸ ਪਲਾਂਟ ਦੇ ਮਸਲੇ ਨੂੰ ਸੁਲਝਾਉਣ ਦੇ ਲਈ ਜਿਹੜਾ ਵਾ ਉੱਥੋਂ ਦੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ, ਫੋਨ ਤੇ ਗੱਲਬਾਤ ਕੀਤੀ ਔਰ ਇਹ ਕਿਹਾ ਕਿ ਇਹ ਪਲਾਂਟ ਪੂਰੀ ਤਰੀਕੇ ਦੇ ਨਾਲ ਪ੍ਰਦੂਸ਼ਣ ਮੁਕਤ ਹੋਏਗਾ, ਪਿੰਡ ਦੇ ਲੋਕਾਂ ਨਾਲ ਪ੍ਰਦੂਸ਼ਣ ਦਾ ਸਾਹਮਣਾ ਨਹੀਂ ਕਰਨਾ ਪਏਗਾ ਔਰ ਪਲਾਂਟ ਜੇਕਰ ਪ੍ਰਦੂਸ਼ਣ ਕਰਦਾ ਹੈ ਤਾਂ ਫਿਰ ਉਸਦੇ ਖਿਲਾਫ ਸਖ਼ਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਔਰ ਪਲਾਂਟ ਮਾਲਕਾਂ ਨੇ ਇਹ ਲਿਖਤੀ ਤੌਰ ਤੇ ਐਗਰੀਮੈਂਟ ਕੀਤਾ ਹੈ ਕਿ ਉਹ ਪ੍ਰਦੂਸ਼ਣ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਖਰੇ ਉਤਰਨਗੇ ਔਰ ਮੁੱਖ ਮੰਤਰੀ ਨੇ ਜਦੋਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਫੋਨ ਤੇ ਕੀਤੀ ਹੈ ਤਾਂ ਹੁਣ ਮੁੱਖ ਮੰਤਰੀ ਦੇ ਭਰੋਸੇ ਤੋਂ ਬਾਅਦ ਜਿਹੜੇ ਪਿੰਡ ਵਾਸੀ ਨੇ ਉਹ ਸੰਤੁਸ਼ਟ ਨਜ਼ਰ ਆ ਰਹੇ ਨੇ ਔਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਜਲਦ ਜਿਹੜਾ ਵਾ ਪਿੰਡ ਵੀ ਪਹੁੰਚਣਗੇ ਔਰ ਪਿੰਡ ਵਾਸੀਆਂ ਦੇ ਨਾਲ ਮੁਲਾਕਾਤ ਵੀ ਕਰਨਗੇ ਕਿਉਂਕਿ ਨਾਰਾਜ਼ਗੀ ਲਗਾਤਾਰ ਜਿਹੜਾ ਕੁੰਗਰਾਲੀ ਬਾਇਓਗੈਸ ਪਲਾਂਟ ਨੂੰ ਪਿੰਡ ਵਾਸੀਆਂ ਦੇ ਵਿੱਚ ਸੀਗੀ ਔਰ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਸੀਗਾ ਕਿ ਪਿੰਡ ਦੇ ਵਿੱਚ ਜੇਕਰ ਇਸ ਤਰੀਕੇ ਦੇ ਨਾਲ ਜੇ ਪਲਾਂਟ ਲੱਗੇਗਾ ਤੇ ਉਸਦੇ ਨਾਲ ਪਿੰਡ ਦੇ ਵਿੱਚ ਪ੍ਰਦੂਸ਼ਣ ਦੀ ਮਾਤਰਾ ਕਾਫੀ ਵੱਧ ਜਾਏਗੀ। ਪੰਕਜ, ਕਿਉਂਕਿ ਜਿਹੜੇ ਪਿੰਡ ਵਾਸੀ ਨੇ ਇਹ ਇਸ ਪਲਾਂਟ ਦਾ ਵਿਰੋਧ ਕਰ ਰਹੇ ਸੀ ਤੇ ਉਹਨਾਂ ਦੇ ਵੱਲੋਂ ਇਹ ਖਦਸ਼ੇ ਪ੍ਰਗਟਾਏ ਜਾ ਰਹੇ ਸੀ ਕਿ ਜਿਹੜੇ ਇਹ ਗੈਸ ਪਲਾਂਟ ਨੇ ਇਹਨਾਂ ਦੇ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ, ਪਿੰਡ ਵਾਲਿਆਂ ਨੂੰ ਦਿੱਕਤ ਹੋਏਗੀ, ਮੱਖੀ ਮੱਛਰ ਪੈਦਾ ਹੋ ਜਾਂਦਾ ਹੈ, ਹੋਰ ਬਹੁਤ ਸਾਰੇ ਖਦਸ਼ੇ ਜਿਹੜੇ ਨੇ ਪਿੰਡ ਵਾਲਿਆਂ ਵੱਲੋਂ ਪ੍ਰਗਟਾਏ ਗਏ ਸੀ ਤੇ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸੀ ਐਮ ਮਾਨ ਦੇ ਵੱਲੋਂ ਭਰੋਸਾ ਵੀ ਦਿੱਤਾ ਗਿਆ, ਦੂਜੇ ਪਾਸੇ ਜਿਹੜੇ ਪਲਾਂਟ ਲਾ ਰਹੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਕੋਈ ਪ੍ਰਦੂਸ਼ਣ ਨਹੀਂ ਹੋਏਗਾ ਜਿਹੜੇ ਪਲਾਂਟ ਦੇ ਮਾਲਕ ਨੇ। ਦੇਖੋ, ਪੰਜਾਬ ਸਰਕਾਰ ਦੇ ਨਾਲ ਐਗਰੀਮੈਂਟ ਜਿਹੜਾ ਵਾ ਪਲਾਂਟ ਲਗਾਉਣ ਵਾਲਿਆਂ ਨੇ ਕੀਤਾ ਵਾ ਔਰ ਉਸ ਦੇ ਵਿੱਚ ਕਿਉਂਕਿ ਜਦੋਂ ਇਸ ਤਰੀਕੇ ਦੇ ਪਲਾਂਟ ਲਗਾਏ ਜਾਣੇ ਹੁੰਦੇ ਆ ਤਾਂ ਇੱਕ ਪੂਰਾ ਇੱਕ ਐਗਰੀਮੈਂਟ ਹੁੰਦਾ ਵਾ ਜਿਸ ਦੇ ਵਿੱਚ ਟਰਮ ਐਂਡ ਕੰਡੀਸ਼ਨ ਬਹੁਤ ਸਾਰੀਆਂ ਹੁੰਦੀਆਂ ਨੇ। ਉਸ ਦੇ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਪ੍ਰਦੂਸ਼ਣ ਫੈਲਾਇਆ ਗਿਆ, ਜਿਵੇਂ ਕਈ ਵਾਰ ਪਾਣੀ ਕਈ ਥਾਵਾਂ ਤੇ ਅਸੀਂ ਦੇਖਦੇ ਹਾਂ ਕਿ ਫੈਕਟਰੀਆਂ ਤੋਂ ਬਾਹਰ ਆਉਂਦਾ ਹੈ ਜਾਂ ਕਈ ਵਾਰ ਪੀਣ ਵਾਲੇ ਪਾਣੀ ਦੀ ਸਮੱਸਿਆ ਉੱਥੇ ਆ ਜਾਂਦੀ ਹੈ ਤਾਂ ਫਿਰ ਉਹਨਾਂ ਦੇ ਖਿਲਾਫ਼ ਕਾਰਵਾਈ ਹੋ ਸਕਦੀ ਹੈ। ਤਾਂ ਇਸੇ ਵਜ੍ਹਾ ਕਰਕੇ ਇੱਕ ਐਗਰੀਮੈਂਟ ਜਿਹੜਾ ਪੰਜਾਬ ਸਰਕਾਰ ਨੇ ਸਾਈਨ ਕਰਵਾਇਆ ਔਰ ਜਿਹੜਾ ਪਲਾਂਟ ਲਗਾਉਣ ਵਾਲੀ ਕੰਪਨੀ ਹੈ ਉਹਨਾਂ ਨੇ ਇਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਜੋ ਵੀ ਉਹਨਾਂ ਦਾ ਖਰਾਬ ਜਿਹੜਾ ਪ੍ਰੋਡਕਟ ਹੋਣਗੇ
ਉਹ ਪਿੰਡ ਦੇ ਵਿੱਚ ਵੇਸਟੇਜ ਦੇ ਤੌਰ ਤੇ ਨਹੀਂ ਸੱਟੇ ਜਾਣਗੇ, ਕੰਪਨੀ ਉਸਦਾ ਇੰਤਜ਼ਾਮ ਖੁਦ ਕਰੇਗੀ ਔਰ ਪਿੰਡ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਚਾਹੇ ਆਬੋ ਹਵਾ ਹੋਵੇ ਚਾਹੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇ ਉਹ ਧਿਆਨ ਦਿੱਤੀ ਜਾਏਗੀ। ਇਹ ਕੰਪਨੀ ਨੇ ਭਰੋਸਾ ਦਿੱਤਾ ਔਰ ਇਸਦਾ ਬਕਾਇਦਾ ਐਗਰੀਮੈਂਟ ਹੋਇਆ ਔਰ ਇਹ ਸਾਰੀ ਗੱਲਬਾਤ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਵਾਸੀਆਂ ਨੂੰ ਦੱਸੀ ਹੈ ਔਰ ਉਸ ਤੋਂ ਬਾਅਦ ਜਿਹੜੀ ਗੁੱਸਾ ਸੀਗਾ। ਇਸ ਵੇਲੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੀਲ ਗਰਗ ਵੀ ਮੌਜੂਦ ਨੇ। ਨੀਲ ਗਰਗ ਜੀ, ਘੁੰਗਰਾਲੀ ਵਾਸੀ ਖਦਸ਼ਾ ਪ੍ਰਗਟਾ ਰਹੇ ਸੀ ਕਿ ਇਸ ਦੇ ਨਾਲ ਨੁਕਸਾਨ ਹੋਏਗਾ ਆਲੇ ਦੁਆਲੇ ਦੇ ਪਿੰਡਾਂ ਦਾ ਵੀ, ਵਾਤਾਵਰਨ ਦੂਸ਼ਿਤ ਹੋਏਗਾ ਕਿਉਂਕਿ ਕਾਫੀ ਦਿਨਾਂ ਤੋਂ ਪ੍ਰੋਟੈਸਟ ਵੀ ਉਹਨਾਂ ਦੇ ਵੱਲੋਂ ਚੱਲ ਰਿਹਾ ਸੀ ਤੇ ਸੀਐਮ ਮਾਨ ਨੇ ਖੁਦ ਹੁਣ ਮਸਲੇ ਦੇ ਹੱਲ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਵਿੱਚ। ਹਾਂ ਬਿਲਕੁਲ ਜੀ, ਇੱਕ ਜਿਹੜਾ ਜ਼ਿੰਮੇਵਾਰ ਸਰਕਾਰ ਹੁੰਦੀ ਹੈ ਤੇ ਜ਼ਿੰਮੇਵਾਰ ਸਰਕਾਰ ਦਾ ਮੁਖੀ ਹੁੰਦਾ, ਉਹਦਾ ਫਰਜ਼ ਵੀ ਹੁੰਦਾ ਹੈਗਾ ਔਰ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਹਮੇਸ਼ਾ ਲੋਕਾਂ ਦੇ ਵਿੱਚ ਹੀ ਰਹਿੰਦੇ ਆ ਔਰ ਲੋਕਾਂ ਦੇ ਵਿੱਚ ਇਸੇ ਕਰਕੇ ਹਰਮਨ ਪਿਆਰੇ ਆ, ਜੇਕਰ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਖਦਸ਼ਾ ਕਿਸੇ ਤਰ੍ਹਾਂ ਦਾ ਸ਼ੱਕ ਸੁਭਾਅ ਹੈਗਾ ਸੀ ਜਿਸ ਕਰਕੇ ਉੱਥੇ ਉਹ ਪਲਾਂਟ ਬੰਦ ਹੋ ਗਿਆ ਸੀ ਤੇ ਨੈਚੁਰਲੀ ਮੁੱਖ ਮੰਤਰੀ ਸਾਹਿਬ ਨੇ ਅੱਜ ਪਿੰਡ ਵਾਸੀਆਂ ਦੇ ਨਾਲ ਜਿਹੜਾ ਹੈਗਾ ਗੱਲਬਾਤ ਕੀਤੀ ਹੈ ਔਰ ਪਿੰਡ ਵਾਸੀਆਂ ਨੇ ਵੀ ਯਾਨੀ ਕਿ ਇਸ ਦੇ ਵਿੱਚ ਜਿਹੜਾ ਕੀ ਹੈ ਸਹਿਮਤੀ ਉਹਨਾਂ ਨੂੰ ਦਿੱਤੀ ਹੈ ਕਿ ਹਾਂ ਬਿਲਕੁਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਆ ਕਿਉਂਕਿ ਜਿਹੜਾ ਇਹ ਪਲਾਂਟ ਸੀ ਇਹਦੇ ਬਾਰੇ ਲੋਕਾਂ ਨੂੰ ਦੇ ਵਿੱਚ ਗਲਤ ਫਹਿਮੀ ਇਹ ਫੈਲ ਗਈ ਸੀ ਕਿ ਇਸ ਦੇ ਨਾਲ ਜਿਹੜਾ ਹੈਗਾ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਆ ਔਰ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਗੱਲ ਬੜੇ ਉਚੇਚੇ ਤੌਰ ਤੇ ਆਖੀ ਹੈ ਕਿ ਵਾਤਾਵਰਨ ਦੇ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਔਰ ਇਸ ਪਲਾਂਟ ਦੇ ਜਿਹੜੇ ਮਾਲਕ ਹੈਗੇ ਆ ਉਹਨਾਂ ਨੇ ਬਿਲਕੁਲ ਲਿਖਤੀ ਰੂਪ ਦੇ ਵਿੱਚ ਇਹ ਭਰੋਸਾ ਦਿੱਤਾ ਹੈਗਾ ਕਿ ਇਹ ਹਰ ਤਰ੍ਹਾਂ ਦੇ ਜਿਹੜੇ ਨੋਰਮ ਹੈਗੇ ਆ ਪੋਲਿਊਸ਼ਨ ਦੇ ਉਹ ਉਹਨਾਂ ਨੂੰ ਫੋਲੋ ਕਰਨਗੇ ਔਰ ਇਹਨਾਂ ਦਾ ਜਿਹੜਾ ਇਹ ਪਲਾਂਟ ਆ ਉਹ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਨਹੀਂ ਫੈਲਾਉਂਦਾ। ਉਸ ਤੋਂ ਬਾਅਦ ਹੀ ਯਾਨੀ ਕਿ ਪਿੰਡ ਵਾਸੀਆਂ ਨੇ ਵੀ ਜਿਹੜਾ ਹੈਗਾ ਇਸ ਦੇ ਉੱਤੇ ਆਪਣੀ ਸਹਿਮਤੀ ਦਿੱਤੀ ਔਰ ਇੱਕ ਚੰਗੀ ਗੱਲ ਹੈਗੀ ਆ ਇਹਦਾ ਸਭ ਤੋਂ ਵੱਡਾ ਯਾਨੀ ਕਿ ਇੱਕ ਹੈਗਾ ਕਿ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਸੀ ਤੇ ਕਿਉਂਕਿ ਸਾਨੂੰ ਨਵੀਂ ਇਨਵੈਸਟਮੈਂਟ ਵੀ ਚਾਹੀਦੀ ਹੈ, ਪੰਜਾਬ ਦੇ ਵਿੱਚ ਇੰਡਸਟਰੀ ਵੀ ਚਾਹੀਦੀ ਹੈ ਔਰ ਮੁੱਖ ਮੰਤਰੀ ਸਾਹਿਬ ਨੇ ਜਿਸ ਤਰੀਕੇ ਨਾਲ ਇਨੀਸ਼ੀਏਟਿਵ ਲਿਆ ਇਹਦੇ ਨਾਲ ਸਾਡੇ ਕੋਲ ਇਨਵੈਸਟਮੈਂਟ ਵੀ ਆਏਗੀ, ਨਵੀਂ ਇੰਡਸਟਰੀ ਵੀ ਆਏਗੀ ਜਿਹਨਾਂ ਸਾਡੇ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਮਿਲੇਗਾ ਉਹਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਏਗੀ। ਪਿੰਡ ਵਾਲੇ ਜਿਹੜੇ ਨੇ ਸਹਿਮਤ ਹੋ ਗਏ ਨੇ ਕਿਉਂਕਿ ਸੀਐਮ ਮਾਨ ਦੇ ਵੱਲੋਂ ਖੁਦ ਭਰੋਸਾ ਦਿੱਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਜਿਹੜੇ ਪਲਾਂਟ ਮਾਲਕ ਨੇ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਵੇਸਟੇਜ ਹੈ ਉਹ ਪਿੰਡ ਦੇ ਵਿੱਚ ਨਹੀਂ ਸੁੱਟੀ ਜਾਏਗੀ, ਉਸ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੋਏਗਾ ਵਾਤਾਵਰਨ ਨੂੰ। ਹਾਂ ਮੈਂ ਬਿਲਕੁਲ ਉਹੀ ਗੱਲ ਕਹਿ ਰਿਹਾ ਸੀ ਕਿ ਜਦੋਂ ਉਹਨਾਂ ਨੇ ਇਸ ਚੀਜ਼ ਦੀ ਰਿਟਨ ਦੇ ਵਿੱਚ ਇਹ ਸ਼ਿਓਰਟੀ ਦਿੱਤੀ ਔਰ ਇਸੇ ਕਰਕੇ ਯਾਨੀ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਲੋਕਾਂ ਨੂੰ ਭਰੋਸਾ ਦਿੱਤਾ ਔਰ ਨਾਲ ਇਹ ਵੀ ਭਰੋਸਾ ਦਿੱਤਾ ਇਕੱਲੇ ਇਹੀ ਨਹੀਂ ਹੈ, ਕੋਈ ਹੋਰ ਪਲਾਂਟ ਵੀ ਜੇ ਜਿਹੜਾ ਹੈਗਾ ਕੋਈ ਜਿਹੜਾ ਇਸ ਤਰ੍ਹਾਂ ਦਾ ਲੱਗੇਗਾ ਉਹ ਕਿਸੇ ਨੂੰ ਵੀ ਯਾਨੀ ਕਿ ਵਾਤਾਵਰਨ ਦੇ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਿਹੜੀ ਮੈਂ ਗੱਲ ਕਹਿ ਰਿਹਾ ਸੀ ਇਹ ਇਕੱਲਾ ਇੱਕ ਪਲਾਂਟ ਨਹੀਂ ਹੈ ਬਾਇਓਗੈਸ ਪਲਾਂਟ ਦੇ ਨਾਲ ਅੱਜ ਦੀ ਜਿਹੜੀ ਇਹ ਗੱਲਬਾਤ ਹੈ ਉਸਦਾ ਇੱਕ ਸਕਾਰਾਤਮਕ ਜਿਹੜਾ ਪ੍ਰਭਾਵ ਜਿਹੜਾ ਪੰਜਾਬ 'ਤੇ ਪਏਗਾ, ਬਲਕਿ ਇਹਦੇ ਨਾਲ ਇਹ ਪ੍ਰਭਾਵ ਪਏਗਾ ਹਾਂ ਜਿਹੜੇ ਕਿ ਇੱਥੇ ਮਿਲ ਬੈਠ ਕੇ ਮਸਲੇ ਹੱਲ ਹੁੰਦੇ ਆ, ਵਾਤਾਵਰਨ ਦੇ ਨਾਲ ਕੋਈ ਖਿਲਵਾੜ ਨਹੀਂ ਕੀਤਾ ਜਾ ਸਕਦਾ, ਪਰ ਜੇ ਵਿਧਨ ਦਾ ਨੋਰਮ ਵਿਧਨ ਦਾ ਹੱਦ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਉਹ ਆਪਣੀ ਜਿਹੜੀ ਇੰਡਸਟਰੀ ਲਗਾਈ ਜਾ ਸਕਦੀ, ਇਹਦੇ ਨਾਲ ਹੋਰ ਇੰਡਸਟਰੀ ਪੰਜਾਬ ਦੇ ਵਿੱਚ ਆਏਗੀ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਸਾਡੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਜਿਹੜੀ ਕਿ ਉਹ ਜ਼ਰੂਰਤ ਨਹੀਂ ਪਏਗੀ। ਬਿਲਕੁਲ ਅਨਿਲ ਗਰਗ ਜੀ, ਜਿੱਥੇ ਇਨਵੈਸਟਮੈਂਟ ਜ਼ਰੂਰੀ ਹੈ, ਜਿੱਥੇ ਰੁਜ਼ਗਾਰ ਜ਼ਰੂਰੀ ਹੈ, ਉੱਥੇ ਵਾਤਾਵਰਨ ਵੀ ਜ਼ਰੂਰੀ ਹੈ, ਤਾਂ ਬੈਲੈਂਸ ਬਣਾ ਕੇ ਮੈਨੂੰ ਲੱਗਦਾ ਚੱਲਣਾ ਹੋਏਗਾ ਇਸ ਦੇ ਵਿੱਚ। ਤੇ ਜ਼ਰੂਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਵਾਤਾਵਰਨ ਨੂੰ ਜੇਕਰ ਨੁਕਸਾਨ ਨਾ ਹੋਵੇ, ਮਾਪਦੰਡ ਪੂਰੇ ਫੋਲੋ ਕੀਤੇ ਜਾਣ, ਫਿਰ ਪੰਜਾਬ ਨੂੰ ਵੀ ਫਾਇਦਾ ਹੋਏਗਾ ਅਜਿਹੇ ਪਲਾਂਟਸ ਦਾ। ਹਾਂ ਬਿਲਕੁਲ, ਸਾਨੂੰ ਦੇਖੋ ਅੱਜ ਪੰਜਾਬ ਜਿਸ ਮੁਕਾਮ ਦੇ ਉੱਤੇ ਖੜਾ ਹੈਗਾ, ਠੀਕ ਹੈ ਕਿ ਨਹੀਂ, ਜੇ ਸਾਡਾ ਮਤਲਬ ਇਸ ਤਰ੍ਹਾਂ ਦੀਆਂ ਗਲਤ ਫਹਿਮੀਆਂ ਫੈਲਣਗੀਆਂ ਜਾਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਉਹਦੇ ਨਾਲ ਫਰਦਰ ਇਨਵੈਸਟਮੈਂਟ ਰੁਕਦੀ ਹੈਗੀ ਹੈ, ਪਰ ਮਾਨ ਸਾਹਿਬ ਦਾ ਜਿਸ ਤਰੀਕੇ ਨਾਲ ਉਹਨਾਂ ਨੇ ਇਨੀਸ਼ੀਏਟਿਵ ਲਿਆ, ਪਿੰਡ ਵਾਸੀਆਂ ਨਾਲ ਗੱਲ ਕੀਤੀ, ਇਹਦੇ ਨਾਲ ਲੋਕਾਂ ਦੇ ਵਿੱਚ ਵੀ ਭਰੋਸਾ ਫੈਲਦਾ ਔਰ ਜਿਹੜੇ ਇੰਡਸਟਰੀਅਲਿਸਟ ਹੈਗੇ ਜਿਹੜੇ ਪੰਜਾਬ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਉਹਨਾਂ ਦੇ ਵਿੱਚ ਵੀ
ਭਰੋਸਾ ਆਉਂਦਾ ਹੈਗਾ। ਔਰ ਨਾਲੋਂ ਨਾਲ ਇਹ ਵੀ ਗੱਲ ਪੱਕੀ ਹੈਗੀ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਵਾਤਾਵਰਨ ਦੇ ਉੱਤੇ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਕਰਨਾ, ਉਸਦੇ ਉੱਤੇ ਕੰਪਰੋਮਾਈਜ਼ ਵੀ ਨਹੀਂ ਕਰਨਾ, ਕਿਉਂਕਿ ਲੋਕਾਂ ਦੀ ਸਿਹਤ ਸਭ ਤੋਂ ਪਹਿਲਾਂ ਜ਼ਰੂਰੀ ਹੈ। ਉਹਦੇ ਨਾਲ ਨਾਲ ਸਾਨੂੰ ਰੁਜ਼ਗਾਰ ਵੀ ਚਾਹੀਦਾ, ਪੰਜਾਬ ਦੇ ਵਿੱਚ ਇਨਵੈਸਟਮੈਂਟ ਵੀ ਚਾਹੀਦੇ, ਦੋਨੋਂ ਚੀਜ਼ਾਂ ਜ਼ਰੂਰੀ ਹੈਗੀਆਂ। ਨੀਲ ਗਰਗ ਜੀ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ। ਤਾਂ ਨਿਊਜ਼ 18 ਤੇ ਨੀਲ ਗਰਗ ਹੋਰਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਸੀਐਮ ਮਾਨ ਦੇ ਵੱਲੋਂ ਘੁੰਗਰਾਲੀ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਫੋਨ ਤੇ ਮਸਲੇ ਦਾ ਹੱਲ ਕੀਤਾ ਗਿਆ, ਕਿਉਂਕਿ ਜੋ ਬਾਇਓਗੈਸ ਪਲਾਂਟ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ, ਕੰਮ ਰੁਕ ਗਿਆ ਸੀ ਕਿ ਪ੍ਰਦੂਸ਼ਣ ਫੈਲੇਗਾ ਇਸ ਦੇ ਨਾਲ, ਪਰ ਹੁਣ ਸੀਐਮ ਮਾਨ ਨੇ ਭਰੋਸਾ ਦਿੱਤਾ ਕਿ ਜਿਹੜਾ ਘੁੰਗਰਾਲੀ ਦੇ ਵਿੱਚ ਬਾਇਓਗੈਸ ਪਲਾਂਟ ਲੱਗ ਰਿਹਾ ਸੀ ਉਹ ਮਾਪਦੰਡਾਂ 'ਤੇ ਖਰਾ ਉਤਰੇਗਾ, ਅਤੇ ਪਲਾਂਟ ਦੇ ਮਾਲਕਾਂ ਨੇ ਵੀ ਇਹ ਐਗਰੀਮੈਂਟ ਕੀਤਾ, ਜਿਹੜੀ ਵੇਸਟੇਜ ਹੋਏਗੀ ਉਹ ਪਿੰਡ ਦੇ ਵਿੱਚ ਨਹੀਂ ਸੁੱਟੀ ਜਾਏਗੀ।